ਇਹ ਜੀ ਸਮਾਜ ਦੀ ਬਾਇਓਪਿਕ ਸਟੋਰੀ ਆ ਸਾਡੇ ਸਮਾਜ ਦੀ ਬਾਇਓਪਿਕ ਆ ਨਹੀਂ ਤਾਂ ਕਹੀਏ ਬਾਇਓਪਿਕ ਨਹੀਂ ਤਾਂ ਪਰਸਨਲੀ ਇੱਕ ਲਾਈਫ ਦੀ ਹੁੰਦੀ ਹੈ ਪਰ ਸਾਡੇ ਸਮਾਜ ਦੀ ਲਾਈਫ ਦੀ ਸਟੋਰੀ ਆ ਵੈਸੇ ਜਿਹੜਾ ਇੱਕ ਕਲਾਕਾਰ ਕੋਈ ਵੀ ਕਿਸੇ ਵੀ ਤਰੀਕੇ ਦਾ ਕਲਾਕਾਰ ਹੈ ਨਾ ਉਹ ਮਰਦਾ ਨਹੀਂ ਛੇਤੀ ਕਿਤੇ ਬਿਲਕੁਲ ਉਹ ਦੱਬਿਆ ਜਾ ਸਕਦਾ ਦੱਬਿਆ ਜਾ ਸਕਦਾ ਹੈ ਨਾ ਥੋੜੇ ਟਾਈਮ ਲਈ ਸ਼ਾਂਤ ਹੋ ਸਕਦਾ ਪਰ ਉਹ ਜ਼ਰੂਰ ਆਊਗਾ ਕਲਾਕਾਰ ਜਿਹੜਾ ਹੁੰਦਾ ਉਹ ਆਪਦੇ ਸੱਭਿਆਚਾਰ ਆਪਣੇ ਲੋਕਾਂ ਦੇ ਆਪਣੀ ਪੰਜਾਬੀਅਤ ਦੇ ਆਪਣੇ ਵਿਰਸੇ ਦੇ ਨੇੜੇ ਬਹੁਤ ਹੁੰਦਾ ਇਸ ਕਰਕੇ ਉਹ ਜਿਹੜੀ ਕਲਾਕਾਰ 7-8 ਸਾਲ ਦੱਬਿਆ ਰਿਹਾ ਹੋ ਸਕਦਾ ਉਹਦਾ ਭਾਂਬੜ ਬਣ ਕੇ ਇਹ ਨਤੀਜਾ ਨਹੀਂ ਨਹੀਂ ਦੱਬਿਆ ਵੀ ਨਹੀਂ ਇੰਨਾ ਵੀ ਨਹੀਂ ਦੱਬਿਆ ਸੀ ਮੈਂ ਵਿੱਚ ਕਿਤੇ ਜਿੱਦਾਂ ਮੈਂ ਜ਼ਿਆਦਾ ਦੱਬਤਾ ਨਹੀਂ ਹੀਰ ਨੂੰ ਲਿਖਣ ਵਾਲੇ ਬਹੁਤ ਹੋਏ ਪੀਲੂ ਜੀ ਨੇ ਲਿਖੀ ਹੈ ਨਾ ਪੀਲੀ ਤੋਂ ਪਹਿਲਾਂ ਵੀ ਲਿਖੀ ਗਈ ਤੇ ਜਿਹੜੀ ਹੀਰ ਵਾਰਿਸ ਸ਼ਾਹ ਦੀ ਲਿਖੀ ਗਈ ਚਾਹੇ ਉਹ ਹੀਰ ਰਾਂਝੇ ਦੀ ਸੀ ਪਰ ਕਹਿੰਦੇ ਨੇ ਹੀਰ ਵਾਰਿਸ ਸ਼ਾਹ ਦੀ ਹੈ ਨਾ ਪਰ ਉਹ ਸਾਰੇ ਸਮਾਜ ਦੇ ਕਰੈਕਟਰਾਂ ਨੂੰ ਇੱਕ ਫੈਮਿਲੀ ਦੇ ਵਿੱਚ ਲਿਆ ਕੇ ਇਕੱਠਾ ਕਰਨਾ ਇਹ ਮੇਰੀ ਲਿਖਣ ਦੀ ਖੂਬਸੂਰਤੀ ਸੀਗੀ ਵੀ ਉਹ ਵਾਪਰ ਸਾਡੇ ਸਾਰੇ ਘਰਾਂ ਵਿੱਚ ਰਿਹਾ ਆ ਉਹ ਪੂਰੇ ਸਮਾਜ ਨੂੰ ਇੱਕ ਫੈਮਿਲੀ ਦੇ ਰੂਪ ਦੇ ਵਿੱਚ ਪ੍ਰੈਜ਼ੈਂਟ ਕਰਨਾ ਉਹੀ ਇਸ ਫਿਲਮ ਦੀ ਕਹਾਣੀ ਆ ਸਾਰੇ ਸਮਾਜ ਬੇਸਿਕਲੀ ਇੱਕ ਰਿਸ਼ਤਿਆਂ ਦੀ ਕਹਾਣੀ ਰਿਸ਼ਤਿਆਂ ਦੀ ਕਹਾਣੀ ਰਿਸ਼ਤਿਆਂ ਦੇ ਵਿੱਚ ਜਿੱਦਾਂ ਵਿਚਰਦੇ ਆ ਆਪਾਂ ਇਹ ਕਹਿ ਸਕਦੇ ਹਰ ਘਰ ਘਰ ਦੀ ਕਹਾਣੀ ਘਰ ਘਰ ਦੇ ਵਿੱਚ ਉਹ ਪਾਤਰ ਨੇ ਉਸੇ ਤਰ੍ਹਾਂ ਦੇ ਹਾਲਾਂਕਿ ਚੜ੍ਹਦੇ ਤਾਂ ਲਹਿੰਦੇ ਪੰਜਾਬ ਦੀ ਵੀ ਗੱਲ ਆ ਦੋਨਾਂ ਦੇਸ਼ਾਂ ਦੀ ਗੱਲ ਉੱਧਰ ਉੱਧਰ ਪੰਜਾਬ ਦੀ ਵੀ ਗੱਲ ਉੱਧਰ ਪੰਜਾਬ ਦੇ ਪਾਤਰ ਜਿਹੜੇ ਨੇ ਉਹਨਾਂ ਦਾ ਵੀ ਉਹਨਾਂ ਤੇ ਵੀ ਉਦਾਂ ਹੀ ਗੁਜ਼ਰਦੀ ਆ ਬਾਹਰ ਜਾ ਕੇ ਜਿੱਦਾਂ ਸਾਡੇ ਇੱਧਰ ਮੁਲਕ ਤਾਂ ਬਗਾਨਾ ਹੀ ਹੋ ਜਾਂਦਾ ਹਾਂਜੀ ਬਹੁਤ ਵੱਡੇ ਘਰਾਣੇ ਦੀ ਗੱਲ ਲੱਗਾ ਮੈਂ ਕਰਨ ਸਰਦੂਲ ਭਾਜੀ ਦਾ ਹੈ ਨਾ ਸਰਦੂਲ ਭਾਜੀ ਵਰਗਾ ਮੇਰਾ ਖਿਆਲ ਕਿ ਬਹੁਤ ਸੁਰੀਲੇ ਲੈਜੈਂਡ ਉਹਨਾਂ ਦਾ ਪਰਿਵਾਰ ਅਮਰ ਨੂਰੀ ਜੀ ਉਹਨਾਂ ਨੇ ਲੀਡ ਦਾ ਕਰੈਕਟਰ ਵੀ ਕੀਤਾ ਉਹਨਾਂ ਨੇ ਗਾਣਾ ਵੀ ਗਾਇਆ ਉਹਨਾਂ ਦੇ ਬੇਟੇ ਅਲਾਪ ਨੇ ਇਸ ਫਿਲਮ ਦੇ ਵਿੱਚ ਸਪੈਸ਼ਲ ਟਾਈਟਲ ਸੌਂਗ ਪਲੱਸ ਬਾਬਾ ਨਾਜ਼ਮੀ ਦਾ ਗੀਤ ਜਿਹੜਾ ਨਾ ਬਹੁਤ ਪਿਆਰਾ ਰਾਜਨੀਤੀ ਵੀ ਨਫ਼ਰਤਾਂ ਵੰਡਦੀ ਆ ਅੱਜ ਕੱਲ੍ਹ ਫਿਲਮਾਂ ਵੀ ਨਫ਼ਰਤਾਂ ਵੰਡਣ ਲੱਗ ਪਈਆਂ ਆ ਪਰ ਅਸੀਂ ਮੁਹੱਬਤ ਵੰਡਣ ਵਾਲੀ ਫਿਲਮ ਬਣਾਈ ਆ ਇੱਕ ਫਿਲਮ ਦਾ ਡਾਇਲਾਗ ਆ ਸਾਡੇ ਅਸ਼ੋਕ ਟੰਗੜੀ ਜੀ ਦਾ ਕਿ ਉਸ ਮਿੱਟੀ ਨੂੰ ਨਫ਼ਰਤ ਕਰਨ ਤੋਂ ਪਹਿਲਾਂ 100 ਵਾਰ ਸੋਚਿਆ ਕਰੋ ਕਿ ਬਾਬੇ ਨਾਨਕ ਨੇ ਅੱਖ ਖੋਲੀ ਵੀ ਉੱਥੇ ਸੀ ਤੇ ਮੀਚੀ ਵੀ ਉੱਥੇ ਸੀ ਕੀ ਬਾਤ ਸੋ ਇਹ ਮੁਹੱਬਤਾਂ ਵੰਡਣ ਦੀ ਗੱਲ ਹੈ ਕਿ ਸਾਡੇ ਨਫ਼ਰਤ ਤੇ ਸਾਡੇ ਵਾਸਤੇ ਅੰਦਰ ਜਗ੍ਹਾ ਹੀ ਨਹੀਂ ਹੈਗੀ ਨਾ ਅਸੀਂ ਤਾਂ ਪਿਆਰ ਵੰਡਣ ਵਾਸਤੇ ਬਣੇ ਦੇਸੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਹੰਸ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸੋ ਪਿੰਡ ਅਮਰੀਕਾ ਫਿਲਮ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਆ ਰਹੀ ਹੈ ਫਿਲਮ ਦੇ ਐਕਟਰ ਤੇ ਫਿਲਮ ਦੇ ਡਾਇਰੈਕਟਰ ਸਾਡੇ ਨਾਲ ਮੌਜੂਦ ਨੇ ਸਿਮਰਨ ਸਿੰਘ USA ਤੇ ਮਲਕੀਅਤ ਮੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੋਂ ਜੀ ਹਾਂਜੀ ਥੈਂਕ ਯੂ ਤੁਹਾਡਾ ਇਹ ਚੰਗੀ ਗੱਲ ਹੈ ਕਿ ਸਾਡੀ ਇਸ ਫਿਲਮ ਨੂੰ ਲੈ ਕੇ ਦੂਜੀ ਵਾਰੀ ਮੁਲਾਕਾਤ ਹੋ ਰਹੀ ਹੈ ਬਿਲਕੁਲ ਸੋ ਮੈਨੂੰ ਇਹ ਬਹੁਤ ਚੀਜ਼ਾਂ ਨੇ ਕਿ ਕਿਹੜੀ ਚੀਜ਼ ਆਪਾਂ ਉਦੋਂ ਕਵਰ ਕਰ ਲਈ ਹੈ ਤੇ ਕਿਹੜੀ ਹੁਣ ਹੈ ਨਾ ਵੱਖਰੀ ਜਿਹੜੀ ਆਪਾਂ ਪੁੱਛੀਏ ਪਹਿਲਾਂ ਤਾਂ ਅਸੀਂ ਜੀ ਦੇਖੋ ਜੀ ਦੇਸੀ ਟੀਵੀ ਦੇਖਣ ਵਾਲੇ ਜਿਹੜੇ ਜਿੰਨੇ ਸਾਡੇ ਦਰਸ਼ਕ ਨੇ ਸਾਰਿਆਂ ਨੂੰ ਪਿਆਰ ਭਰੀ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਸਾਡੀ ਸਾਰੀ ਪਿੰਡ ਅਮਰੀਕਾ ਦੀ ਜਿਹੜੀ ਟੀਮ ਹੈ ਜੀ ਉਹਦੇ ਵੱਲੋਂ ਅਸੀਂ ਤੁਹਾਡੇ ਸਾਹਮਣੇ ਕੁਝ ਗੱਲਾਂ ਪੇਸ਼ ਕਰ ਰਹੇ ਹਾਂ ਉਹ ਕੁਝ ਸਾਡੇ ਐਕਟਰ ਹੋਰ ਕਾਸਟ ਹਾਜ਼ਰ ਨਹੀਂ ਹੈ ਉਹਨਾਂ ਦੀ ਜਗ੍ਹਾ ਤੇ ਸਾਡੀ ਡਾਇਰੈਕਟਰ ਤੇ ਅਸੀਂ ਫਿਲਮ ਦੀਆਂ ਗੱਲਾਂ ਜਿੰਨਾ ਚਿਰ ਮਰਜ਼ੀ ਕਰੀ ਚਲੋ ਕਿਉਂਕਿ ਫਿਲਮ ਸਾਡੀਆਂ ਮੁੱਕਦੀਆਂ ਨਹੀਂ ਮੁੱਕਦੀਆਂ ਨਹੀਂ ਜੀ ਉਹ ਤਾਂ ਤੁਸੀਂ ਸਵਾਲ ਜਿੰਨੇ ਜ਼ਿਆਦਾ ਕਰੋਗੇ ਅਸੀਂ ਉਨਾ ਹੀ ਜ਼ਿਆਦਾ ਦੱਸਾਂਗੇ ਐਗਜ਼ੈਕਟ ਤੁਸੀਂ ਹਾਂਜੀ ਅੱਛਾ ਜੀ ਮੈਂ ਸਭ ਤੋਂ ਪਹਿਲਾਂ ਆਪਾਂ ਫਿਲਮ ਦੀ ਕਹਾਣੀ ਦੀ ਗੱਲ ਕਰਾਂਗੇ ਜਿਵੇਂ ਕਿਸੇ ਟ੍ਰੇਲਰ ਦੇ ਵਿੱਚ ਵੇਖਿਆ ਕਿ ਇੱਕ ਅਜਿਹੀ ਕਹਾਣੀ ਹੈ ਜਿਹਨੂੰ ਦੇਖ ਕੇ ਸਾਨੂੰ ਲੱਗਦਾ ਵੀ ਇਹ ਸਾਡੇ ਆਪਦਿਆਂ ਦੀ ਹੈ ਕਿਤੇ ਨਾ ਕਿਤੇ ਬੜੀ ਰਿਲੇਟੇਬਲ ਕਹਾਣੀ ਹੈ ਸੋ ਇਹ ਜਦੋਂ ਕਹਾਣੀ ਦਾ ਪਹਿਲਾ ਥਾਟ ਆਇਆ ਸੀਗਾ ਇਹਦੀ ਇਨਸਪੀਰੇਸ਼ਨ ਕੀ ਸੀ ਤੇ ਇਹ ਫਿਲਮ ਲਿਖਣ ਦਾ ਕਦੋਂ ਸੋਚਿਆ ਸੀ ਇਹ ਜੀ ਸਮਾਜ ਦੀ ਬਾਇਓਪਿਕ ਸਟੋਰੀ ਆ ਸਾਡੇ ਸਮਾਜ ਦੀ ਬਾਇਓਪਿਕ ਆ ਨਹੀਂ ਤਾਂ ਕਹੀਏ ਬਾਇਓਪਿਕ ਨਹੀਂ ਤਾਂ ਪਰਸਨਲੀ ਇੱਕ ਲਾਈਫ ਦੀ ਹੁੰਦੀ ਹੈ ਪਰ ਸਾਡੇ ਸਮਾਜ ਦੀ ਲਾਈਫ ਦੀ ਸਟੋਰੀ ਆ ਤੇ ਜੋ ਕੁਝ ਸਾਡੇ ਆਲੇ ਦੁਆਲੇ ਵਾਪਰਦਾ ਸਾਡੇ ਘਰਾਂ ਦੇ ਵਿੱਚ ਵਾਪਰਦਾ ਸਾਡੇ ਸਮਾਜ ਦੇ ਵਿੱਚ ਵਾਪਰਦਾ ਆ ਉਹ ਸਾਰਾ ਕੁਝ ਹੀ ਜਦੋਂ ਅਸੀਂ ਦੇਖਦੇ ਹਾਂ ਤੇ ਇੱਕ ਰਾਈਟਰ ਦੇ ਮਨ ਦੇ ਵਿੱਚ ਉਹ ਆ ਜਾਂਦਾ ਆ ਵੀ ਹਾਂ ਅਗਰ ਆਹ ਚੀਜ਼ ਵੀ ਦਿਖਾਈ ਜਾਵੇ ਅਸੀਂ ਕੱਲ੍ਹ ਵੀ ਜਿੱਦਾਂ ਕੱਲ੍ਹ ਦੇ ਸ਼ੋਅ ਦੇ ਉੱਤੇ ਇੱਕ ਡਾਇਲਾਗ ਬੜਾ ਵਧੀਆ ਨਿਕਲ ਗਿਆ ਸੀ ਭਾਜੀ ਕਹਿੰਦੇ ਜੀ ਨੋਟ ਕਰ ਲਓ ਤੁਸੀਂ ਜਦੋਂ ਤੁਸੀਂ ਫਿਲਮ ਮੇਕਿੰਗ ਵਿੱਚੋਂ ਜਾਂ ਰਾਈਟਿੰਗ ਦੇ ਵਿੱਚੋਂ ਨਾ ਉਦੋਂ ਜੋ ਕੁਛ ਵਾਪਰ ਰਿਹਾ ਨਾ ਉਹ ਜੇ ਤੁਹਾਡੇ ਕੋਲ ਤਾਂ ਕਲਮ ਤੇ ਕਾਪੀ ਉਸੇ ਟਾਈਮ ਹੈਗੀ ਜਾਂ ਤਾਂ ਤੁਸੀਂ ਉਦੋਂ ਨੂੰ ਕਰ ਲੋਗੇ ਨਹੀਂ ਕਦੇ ਨਹੀਂ ਆਉਂਦਾ ਹਨਾ ਤੇ ਜਾਂ ਫਿਰ ਤੁਹਾਡੇ ਦਿਮਾਗ 'ਚ ਰਹਿੰਦੀ ਹੈ ਤੇ ਅੱਜ ਕੱਲ੍ਹ ਤਾਂ ਵੈਸੇ ਕਲਮ ਦੀ ਲੋੜ ਨਹੀਂ ਪੈਂਦੀ ਮੋਬਾਈਲ ਦੇ ਉੱਤੇ ਸਭ ਕੁਝ ਹੋ ਜਾਂਦਾ ਜੀ ਸੋ ਜਿੱਦਾਂ ਜਿੱਦਾਂ ਗੱਲਾਂ ਮਿਲਦੀਆਂ ਗਈਆਂ ਸਟੋਰੀ ਮਿਲਦੀ ਗਈ ਥੌਟ ਮਿਲਦਾ ਗਿਆ ਪਿੱਛੇ 8 ਸਾਲ ਬਾਅਦ ਜਿੱਦਾਂ ਮੈਂ ਤੁਹਾਨੂੰ ਬੈਕ ਕੀਤਾ ਨਾ ਕੰਮ ਬੈਕ ਕੀਤਾ ਫਿਲਮਾਂ ਦੇ ਵਿੱਚ ਤੇ ਫਿਲਮ ਮੇਕਰ ਜਿਹੜਾ 6-7 ਸਾਲ ਤੋਂ ਅਮਰੀਕਾ ਪੱਕੇ ਹੋਣ ਦੇ ਚੱਕਰ ਦੇ ਵਿੱਚ ਨਹੀਂ ਚੁੱਪ ਹੀ ਰਿਹਾ ਸੀਗਾ ਉਹ ਫਿਲਮ ਮੇਕਰ ਜਾਗਿਆ ਤੇ ਪਿੰਡ ਅਮਰੀਕਾ ਦੀ ਸਟੋਰੀ ਸਾਹਮਣੇ ਆ ਗਈ ਹੈ ਕੀ ਬਾਤ ਹੈ ਅੱਛਾ ਮਲਕੀਤ ਤੁਸੀਂ ਖੁਦ ਵੀ ਇੱਕ ਰਾਈਟਰ ਹੋ ਨਾ ਤੇ
मतलब जो तुहानू स्टोरी सुनाएगी तुहानू सब तो अट्रैक्टिव पॉइंट या कह लिए सब तो ज्यादा अपीलिंग पॉइंट केड़ा लग्या सी कहानी दे विच? पहली गल तो यह है जी, डायरेक्टर साहब राइटर साहब कोल बैठे थे, मैनू इन्होंने कोई स्टोरी नहीं सुनाई सही है ना ओके एक खासियत भी है क्योंकि काफ़ी बारी चीज़ा लीक हो जांदियां है ना, तो कुछ चोरी भी हो सकती चीज़, ये भी डर होंदा ही है, डर भी होंदा, डर भी होंदा। वैसे इन्होंने जो मैं इन्होंने को सैट पर पहुंचा, क्योंकि ये फिल्म मेरा ख्याल 70-75% शूट कर चुके सी। अच्छा। जेड़ा मेरे वाला पोर्शन सी, वो सारा पंजाब दा पिंडा दा पोर्शन सीगा, जेड़ा इन्हां ने उत्थे सैट लाया होया सीगा, उदे ते सारा शूट होना सी। वैसे अपनी दो चार बारी गल पहला हो चुकी सीगी, पर जो मैं उत्थे गया ना सैट ते, ते इन्होंने फिर मैनू कहा कि आ तुहाडा सीन है जी शाम नू, ते आ तुसी अपने डायलॉग पढ़ लो, आ थीम है, इन्होंने समझाया। तो जो मैं डायलॉग पढ़े तो मैं जाके स्पैशली शूट कर रहे थे, मैं हाथ मिलाया जाके, मैं कहा भाजी डायलॉग कमाल दे, क्योंकि होर भी कई फिल्मों में मैं काम किए पहला भी है ना, तो वो डायलॉग जिहड़े आ सधारण भाषा के नालों ना एक होर लैवल विरासत दीआं गल्लां है ना, ये नहीं है कि बहुत ज़्यादा डूंघियां गल्लां जां जिहड़ियां समझ नहीं आउंदियां, बड़ियां नॉर्मल और गल कहण दा जिहड़ा तरीका आ उहनां दा किरदारां दा ना स्टोरी दे विच, उह बाकमाल। ते उहदे करके राइटिंग दे करके एक राइटर होण करके वह लफ्ज़ां दी जिहड़ी भावना आ जां उहनां दी डीपनैस आ उहनूं बहुत तरीके नाल मतलब इन्हां ने कलम बंद कीता। अच्छा, जदों कह लिए कि इस स्टोरी लिखी जा रही सी या फिर इस स्टोरी दे लिखण तो पहला दी जेकर मैं गल करां, ते जिहड़ा फिल्म राइटर आ या फिल्म मेकर आ, 8 साल ओ किवें ते किद्दां रोक के रख्या अपने अंदर? ओ जदों तुसीं अमेरिका जांदे ना, मैं 10 साल पहलों अमेरिका गया सीगा, ते सब तो वड्डी तुहाडी उत्थे जिहड़ा दौड़ हुंदी ना, मैं बेशक फिल्म मेकर सीगा पर मेरी दौड़ सी कि उत्थे किसे तरीके पक्का हो जावां। वो पक्का होने की दौड़ के जड़ा 6-7 साल जिदा होंगे ना लंघ जाते हैं उत्थे अमेरिका, तो वह संघर्ष करते हैं लंघे जी बस है ना, तो बाद फिर आया कि हाँ हूँ लेकिन हाँ जी जो हो गए तो फिर फिल्म वाले पास तुर गए जी। वैसे जो एक कलाकार कोई भी किसी भी तरीके का कलाकार है ना, ਉਹ ਮਰਦਾ ਨਹੀਂ ਛੇਤੀ ਕਿਤੇ, ਬਿਲਕੁਲ ਉਹ ਦੱਬਿਆ ਜਾ ਸਕਦਾ ਥੋੜੇ ਟਾਈਮ ਲਈ ਹੈ ਨਾ, ਥੋੜੇ ਟਾਈਮ ਲਈ ਸ਼ਾਂਤ ਹੋ ਸਕਦਾ ਪਰ ਉਹ ਜ਼ਰੂਰ ਆਊਗਾ। ਹੁਣ ਮੇਰੇ ਵਾਲੀ ਦੇਖ ਲਓ, ਮੈਨੂੰ 35 ਸਾਲ ਹੋ ਗਿਆ, ਮੈਂ ਬਚਪਨ ਦੇ ਵਿੱਚ ਜਲੰਧਰ ਦੂਰਦਰਸ਼ਨ ਦੇ ਵਿੱਚ ਚਾਈਲਡ ਸਟਾਰ ਸੀ, ਬਿਲਕੁਲ ਗੁਰਸ਼ਰਨ ਭਾਜੀ ਦੇ ਨਾਲ ਥੀਏਟਰ ਕਰਦਾ ਰਿਹਾ ਹੈ ਨਾ, ਹੋਰ ਟੀਵੀ ਤੇ ਰੇਡੀਓ ਤੇ ਸਾਰੇ ਜਗ੍ਹਾ ਮੈਂ ਬਹੁਤ ਕੰਮ ਕੀਤਾ, ਗੁਰਪ੍ਰੀਤ ਕੀ ਜਸਵੀਰ ਜੱਸੀ ਅਸੀਂ ਕਲਾਸ ਫੈਲੋ ਹੁੰਦੇ ਸੀ, ਅਸੀਂ ਸਾਰਿਆਂ ਨੇ ਰਲ ਕੇ ਕੰਮ ਕੀਤਾ। ਮੈਂ ਕਿਸੇ ਕਾਰਨਾਂ ਕਰਕੇ 1984 ਦਾ ਜਿਹੜਾ ਚੱਕਰ ਸੀ ਅਸੀਂ ਬਾਹਰ ਚਲੇ ਗਏ, ਬਾਹਰ ਜਾ ਕੇ ਸੈਟਲ ਹੋਏ, ਸੈਟਲ ਹੋ ਕੇ ਅੱਜ ਵੀ ਦੇਖੋ ਕਿ ਮੈਂ ਅਮਰੀਕਾ ਛੱਡ ਕੇ ਦੁਬਾਰਾ ਪੰਜਾਬ ਦੀ ਧਰਤੀ 'ਤੇ ਸ਼ੇਡ ਹੋ ਗਿਆ ਤੁਹਾਡੀ, ਕਿਉਂਕਿ ਉਹ ਕਲਾਕਾਰੀ ਜਿਹੜੀ ਆ, ਇੱਕ ਤਾਂ ਕਲਾਕਾਰ ਜਿਹੜਾ ਹੁੰਦਾ ਉਹ ਆਪਦੇ ਸੱਭਿਆਚਾਰ ਆਪਣੇ ਲੋਕਾਂ ਦੇ ਆਪਣੀ ਪੰਜਾਬੀਅਤ ਦੇ ਆਪਣੇ ਵਿਰਸੇ ਦੇ ਨੇੜੇ ਬਹੁਤ ਹੁੰਦਾ, ਉਹ ਛੇਤੀ ਸਮਝ ਆਉਂਦੀ ਆ ਉਹ ਚੀਜ਼ ਦੀ ਹੈ ਨਾ, ਅਤੇ ਇਸ ਕਰਕੇ ਅਸੀਂ ਖਿੱਚੇ ਇੱਧਰ ਨੂੰ ਆ ਗਏ। ਇਸ ਕਰਕੇ ਉਹ ਜਿਹੜੀ ਕਲਾਕਾਰ 7-8 ਸਾਲ ਦੱਬਿਆ ਰਿਹਾ, ਹੋ ਸਕਦਾ ਉਹਦਾ ਭਾਂਬੜ ਬਣ ਕੇ ਇਹ ਨਤੀਜਾ ਜਿਹਾ, ਨਹੀਂ ਦੱਬਿਆ ਵੀ ਨਹੀਂ, ਇੰਨਾ ਵੀ ਨਹੀਂ ਦੱਬਿਆ ਸੀ ਮੈਂ ਵਿੱਚ ਕਿਤੇ, ਜਿੱਦਾਂ ਮੈਂ ਜ਼ਿਆਦਾ ਦੱਬਤਾ ਨਹੀਂ, ਕਲਾਕਾਰ ਤਾਂ ਦੱਬਿਆ ਨਹੀਂ ਜਾ ਸਕਦਾ ਨਾ ਕਲਾਕਾਰ ਮਰਦਾ, ਪਰ ਕਹਿੰਦੇ ਜਿਹਨੂੰ ਇੱਕ ਜਿਸਦੇ ਨਾਲ ਇੱਕ ਸ਼ਾਇਰ ਨੂੰ ਪਿਆਰ ਹੋ ਜਾਂਦਾ ਨਾ, ਉਹ ਵੀ ਅੱਗੇ ਇਨਸਾਨ ਅਮਰ ਹੋ ਜਾਂਦਾ, ਕਿਉਂਕਿ ਉਹਨੂੰ ਆਪਣੀਆਂ ਕਲਮਾਂ ਦੇ ਨਾਲ ਗੀਤਾਂ ਦੇ ਵਿੱਚ ਪਰੋ ਦਿੰਦਾ ਹੈ, ਗਜ਼ਲਾਂ 'ਚ ਪਰੋ ਦਿੰਦਾ ਹੈ। ਇਸ ਦੇ ਨਾਲ ਕਿੰਨੇ ਕੁ ਸਹਿਮਤ ਹੋ? ਇਹਦੇ ਨਾਲ ਜੀ ਅਸੀਂ 1000% ਸਹਿਮਤ, ਕਿਉਂਕਿ ਦੇਖੋ ਜੀ ਹੀਰ ਨੂੰ ਲਿਖਣ ਵਾਲੇ ਬਹੁਤ ਹੋਏ, ਪੀਲੂ ਜੀ ਨੇ ਲਿਖੀ ਹੈ ਨਾ, ਪੀਲੀ ਤੋਂ ਪਹਿਲਾਂ ਵੀ ਲਿਖੀ ਗਈ, ਅਤੇ ਜਿਹੜੀ ਹੀਰ ਵਾਰਿਸ ਸ਼ਾਹ ਦੀ ਲਿਖੀ ਗਈ, ਚਾਹੇ ਉਹ ਹੀਰ ਰਾਂਝੇ ਦੀ ਸੀ ਪਰ ਕਹਿੰਦੇ ਨੇ ਹੀਰ ਵਾਰਿਸ ਸ਼ਾਹ ਦੀ ਹੈ ਨਾ, ਇਹ ਦੇਖ ਲਓ ਉਹਨਾਂ ਦੀ ਲਿਖਤ ਦਾ ਕਮਾਲ ਹੈ। ਇਸੇ ਤਰੀਕੇ ਦੇ ਨਾਲ ਜਿਹੜੇ ਗੀਤ ਆ, ਗੀਤਾਂ ਦੇ ਵਿੱਚ ਜਿਹਦਾ ਜ਼ਿਕਰ ਕੀਤਾ ਜਾਂਦਾ ਆ, ਉਹ ਗੀਤ ਜਾਂ ਤਾਂ ਫਿਰ ਗਾਇਕ ਦੇ ਹੋ ਕੇ ਰਹਿ ਜਾਂਦੇ ਨੇ ਗੀਤਕਾਰ ਨਾਲੋਂ, ਜਾਂ ਜਿਹਦੇ ਲਈ ਲਿਖੇ ਗਏ ਨੇ, ਜਿਹਨੂੰ ਪਿੰਨ ਪੁਆਇੰਟ ਕੀਤਾ ਗਿਆ ਆ ਉਹਦੇ ਹੋ ਕੇ ਰਹਿ ਜਾਂਦੇ।
सो हुण फिल्म दी कहानी तुहाडे के फिल्म दे कैरेक्टर्स ते आउणे आ, जिवें ट्रेलर दे विच वेख्या कि वक्खरे वक्खरे किरदार ने, उहनां दा अपना अपना कह लईए उहनां दा नेचर है, है ना, हर शेड दे कैरेक्टर्स उहदे विच देखण नूं मिल रहे ने। जिवें पेरेंट्स वाली गल वक्खरी कीती गई है, ते पेरेंट्स बच्चों तों की एक्सपैक्ट कर रहे ने, ते अगों बच्चे उल्टा उहनां तों की एक्सपैक्ट कर रहे ने, सारियां कह लईए जिहड़ा पॉइंट ऑफ व्यू है एक थिंकिंग दा, है ना, वो किवें कलैश भी हुंदा है, वो भी फिल्म दे विच वेखण नूं मिल रहा। सो जिहड़े करैक्टर्स ने किवें बुने गए ते किवें किवें इन्हां करैक्टर्स दी सिलेक्शन होई? मैं जिद्दां शुरू च दस्सिया सी कि समाज दी बायोपिक आ, साडे समाज दे करैक्टर आ सारे, पर वो सारे समाज के करैक्टरां नूं एक फैमिली दे विच लिया के इकट्ठा करना, यही मेरी लिखण की खूबसूरती सीगी, वी वो वापर साडे सारे घरां विच रहा आ, पूरे समाज दे विच। हाँ, पर उन्हों एक फैमिली दे विच असी, जे मैं कई बार सोचता हुंदा वी एक साडी फैमिली आ, उस तो बाद साडी एक फैमिली वड्डी हो जांदी, साडी कम्यूनिटी दी है ना, वो भी साडी एक पिंड हो जांदा, फिर उस तो बाद तुहाडा पूरी स्टेट हो जांदी, पूरा देश हो जांदा, असल विच है तां सारे असी एक ही है ना। सो वो पूरे समाज नूं एक फैमिली दे रूप दे विच प्रेजेंट करना, उही इस फिल्म दी कहानी है, सारे सारे समाज बेसिकली एक रिश्तियां दी कहानी, रिश्तियां दी कहानी, रिश्तियां दे विच जिद्दां विचरदे आपां, इह कह सकदे हर घर घर दी कहानी, घर घर दी, घर घर दे विच ओह पात्र ने उसे तरह दे, हालांकि चढ़दे ते लहिंदे पंजाब दी वी गल आ, दोनों देशां दी गल आ, उधर उधर पंजाब दी वी गल, उधर पंजाब दे पात्र जिहड़े ने उन्हां दा वी, उन्हां ते वी उद्दां ही गुजरदी आ बाहर जाके, जिद्दां साडे इधर मुल्क तां बगाना ही हो जांदा। हां जी, ते जेकर मैं गल करा तुहाडी, तुसीं मैनूं ना कहा कि सर हुणां नाल मिल के हुण ज्यादा बोलण लग गए, इहदा की रीजन? अच्छा, तुसीं हटे नहीं पुछणो, उहदे इंटरव्यू तों पहलां मैसेज नॉर्मल गल्लां कर रहे सी। अच्छा, बोलण दा इक हुंदा ना कि घड़ा भरिया होया है ना, ते जां कह लो वी मैं मांझिया गया ज्यादा कि हुण थोड़ा जिहा मैनू लगा कि हुण बोलना चाहिए, बोलना चाहिए, क्योंकि जदों देखो इन्होंने सानू एक जॉब दी, एक एज ए एक्टर इन्हों की फिल्म के असी आए हैं, तो उस प्रोजेक्ट ते किसी के पैसे भी लगे ने, ठीक है जी, डॉक्टर साहब के, डॉक्टर हरचंद जी साढ़े USA तो ही ने, इन्हों के बहुत प्यारे मित्र ने, उन्होंने फिल्म नू प्रोड्यूस किया, इन्होंने डायरैक्ट किया, सारे एक्टर ने, सारे ने मेहनत की हुई है, हुण जे असी सारा कुछ करके मेहनत करके असी बोलांगे नहीं, दसांगे नहीं किसी नूं, है ना, माम नहीं बच्चे नूं दुध चघाउंदी जिन्ने चिर रोंदा नहीं जां रौला नहीं पाउंदा, ते सानूं हुण इह दसणा तां पऊगा वी असी फिल्म बनाई आ, असी इहदे च वधिया संगीत दित्ते आ, है ना, इहदे विच देखो किड्डे इक बहुत वड्डे घराने दी गल लगा मैं कल सरदूल भाजी दा, है ना, सरदूल भाजी वर्गा मेरा ख्याल कि बहुत सुरीले लैजेंड है ना, उहनां दा परिवार अमर नूरी जी उन्होंने लीड का करैक्टर भी किया, उन्होंने गाना भी गाया, उन्होंने बेटे अलाप ने इस फिल्म के स्पैशल टाइटल सोंग प्लस बाबा नाजमी का गीत जड़ा ना बहुत प्यारा, तो संगीत भी बा कमाल, तो बाकी जी असी बोलण का मेरा ये है कि हुण दसना तो पऊगा ही। अच्छा, एक ना चीज़ ये होंगी कि बोलता भी उही है जिसके कोल अंदर कुछ होवे, या कह लिए कि कोई चीज़ जिन्हों एक्सपीरियंस होवे, या जिसनु लगे कि आ चीज हां दुनिया दे सामने आनी चाहिए है। मैं घट बोलदा जी वो पता नहीं तुसी किस तरीके ना कहोगे वो फिर आप कहावत ले लेने हैं ना, वो कहंदे जेड़ा खाली खाली भांडा वो ज्यादा खड़कदा, ठीक है जी इस सामने तो मैं सब तो घट बोली हूं, मैं तो कल्ले सवाल ही पूछे ने ना, ये वो तुम्हारी जॉब है जी, वो तुम्हारी जॉब है, और तुसी ये ला लो भी तुसी दोनों भरे हुए हो चढ़दे पंजाब दी आ, और मुहब्बतां वंडण वाली स्टोरी आ, म्यूजिक दे विच वी असीं जिथे साडे शैटल दे राइटर हैगे आ जीता उप्पल भाजी ते प्रीत सोल होणी, उहनां ने गाणा लिखिया आ फिरोज़ खान साहब दा, जिहड़ा फिल्म दा उंज भावें वसदे आ पिंड अमरीका पर मेरे पिंड वाली कोई होर गल सी, है ना, उह प्रीत सोल ने लिखिया ते अमदाद अली ने म्यूजिक उहदा कीता आ, बहुत खूबसूरत गाणा उह वी बणिया लाहौर तों, हाँ जी
ਲਾਹੌਰ ਤੋਂ ਬਾਬਾ ਨਜ਼ਮੀ ਸਾਹਿਬ ਨੇ ਗਾਣਾ ਲਿਖਿਆ ਤੇ ਨੂਰੀ ਭੈਣ ਜੀ ਦੇ ਬੱਚਿਆਂ ਨੇ ਗਾਇਆ ਨਾ, ਸਰਦੂਲ ਭਾਜੀ ਦੇ ਬੱਚਿਆਂ ਨੇ। ਉਸ ਤੋਂ ਬਾਅਦ ਇਹਨਾਂ ਦਾ ਇਹਨਾਂ ਨੇ ਗੀਤ ਲਿਖਿਆ ਇੱਕ, ਰਵਿੰਦਰ ਨੇ ਗਾਇਆ, ਇਹਨਾਂ ਦੇ ਭਤੀਜੇ ਨੇ ਗਾਇਆ। ਸਭ ਤੋਂ ਬਾ ਕਮਾਲ ਗੀਤ ਜਿਹੜਾ ਸਾਨੂੰ ਸਾਡੇ, ਅਸੀਂ ਜਦੋਂ ਵੀ ਪੂਰੇ ਘਰੋਂ ਆਈਏ ਤੇ ਕਾਰ ਦੇ ਵਿੱਚ ਉਹੀ ਗੀਤ ਚੱਲਦਾ ਰਹਿੰਦਾ ਆ। ਸੋ ਗੀਤ ਇੱਕ ਤੋਂ ਇੱਕ ਇਹਦੇ ਸੋਹਣੇ ਆ ਜੀ, ਤੇ ਫਿਲਮ ਵੈਸੇ ਵੀ ਜਿੱਦਾਂ ਦੋਨੇ ਪੰਜਾਬਾਂ ਨੂੰ ਮਿਲਾ ਕੇ ਕੀਤੀ ਗਈ ਆ। ਮੈਂ ਹਮੇਸ਼ਾ ਇੱਕ ਗੱਲ ਆਪਣੀ ਇੰਟਰਵਿਊ 'ਚ ਕਹਿੰਦਾ ਹੁੰਦਾ ਕਿ ਅਸੀਂ ਰਾਜਨੀਤੀ ਵੀ ਨਫ਼ਰਤਾਂ ਵੰਡਦੀ ਆ, ਅੱਜ ਕੱਲ੍ਹ ਫਿਲਮਾਂ ਵੀ ਨਫ਼ਰਤਾਂ ਵੰਡਣ ਲੱਗ ਪਈਆਂ ਆ, ਪਰ ਅਸੀਂ ਮੁਹੱਬਤ ਵੰਡਣ ਵਾਲੀ ਫਿਲਮ ਬਣਾਈ ਆ। ਇੱਕ ਫਿਲਮ ਦਾ ਡਾਇਲਾਗ ਆ ਸਾਡੇ ਅਸ਼ੋਕ ਟਾਂਗੜੀ ਜੀ ਦਾ ਕਿ ਉਸ ਮਿੱਟੀ ਨੂੰ ਨਫ਼ਰਤ ਕਰਨ ਤੋਂ ਪਹਿਲਾਂ 100 ਵਾਰ ਸੋਚਿਆ ਕਰੋ ਕਿ ਬਾਬੇ ਨਾਨਕ ਨੇ ਅੱਖ ਖੋਲੀ ਵੀ ਉੱਥੇ ਸੀ ਤੇ ਮੀਚੀ ਵੀ ਉੱਥੇ ਸੀ। ਕੀ ਬਾਤ! ਸੋ ਇਹ ਮੁਹੱਬਤਾਂ ਵੰਡਣ ਦੀ ਗੱਲ ਹੈ ਕਿ ਸਾਡੇ ਨਫ਼ਰਤ ਤੇ ਸਾਡੇ ਵਾਸਤੇ ਅੰਦਰ ਜਗ੍ਹਾ ਹੀ ਨਹੀਂ ਹੈਗੀ ਨਾ, ਅਸੀਂ ਤਾਂ ਪਿਆਰ ਵੰਡਣ ਵਾਸਤੇ ਬਣੇ ਆ। ਜਿਵੇਂ ਸਰ ਨੇ ਕਿਹਾ ਕਿ ਲੈਂਦੇ ਪੰਜਾਬ ਦੇ ਆਰਟਿਸਟ ਨਾਲ ਵੀ ਕੰਮ ਕੀਤਾ ਗਿਆ, ਜਦੋਂ ਛੱਡਦੇ ਤੇ ਲੈਂਦੇ ਪੰਜਾਬ ਦੇ ਆਰਟਿਸਟ ਇਕੱਠੇ ਹੁੰਦੇ ਨੇ, ਉੱਥੇ ਜਾ ਕੇ ਕੰਮ ਕਰਨ ਦਾ ਮੌਕਾ ਮਿਲਦਾ, ਚਾਹੇ ਐਜ਼ ਅ ਲਿਰਿਸਿਸਟ ਉਹ ਕੰਮ ਕਰਨ, ਐਜ਼ ਅ ਪੰਜਾਬੀ, ਐਜ਼ ਅ ਆਰਟਿਸਟ ਨੂੰ ਐਜ਼ ਅ ਪਰਸਨ ਕੀ ਫੀਲ ਹੁੰਦਾ, ਐਜ਼ ਅ ਪੰਜਾਬੀ ਕੀ ਫੀਲ ਹੁੰਦਾ? ਦੇਖੋ ਜੀ, ਇੱਕ ਤਾਂ ਪਹਿਲਾਂ ਤਾਂ ਇਹ ਹੈ, ਹੁਣ ਆਪਾਂ ਚੜ੍ਹਦਾ ਲਹਿੰਦਾ ਪੰਜਾਬ ਕਹਿੰਦੇ ਹਾਂ, ਪਹਿਲਾਂ ਤਾਂ ਇੱਕ ਹੀ ਸੀ ਪੰਜਾਬ, ਪੰਜਾਬ ਦੀ ਵੰਡ ਤੋਂ ਪਹਿਲਾਂ ਹੈ ਨਾ, ਇੱਕ ਲਕੀਰ ਖਿੱਚਣ ਤੋਂ ਪਹਿਲਾਂ ਉਹ ਸਾਡੇ ਵਰਗੇ ਹੀ ਨੇ, ਸਾਡੀ ਭਾਸ਼ਾ ਬੋਲਦੇ ਨੇ, ਹੈ ਨਾ। ਪਰ ਬੇਸਿਕਲੀ ਜਿਹੜੀ ਕਲਾਕਾਰੀ ਆ ਨਾ, ਕਿਸੇ ਵੀ ਤਰ੍ਹਾਂ ਦੀ ਕਲਾ ਆ, ਉਹਦੀ ਕੋਈ ਬਾਉਂਡਰੀ ਨਹੀਂ, ਉਹ ਗੱਲ ਸਾਨੂੰ ਸਮਝ ਆਉਂਦੀ ਹੈ ਸਿੱਧੀ ਸਿੱਧੀ। ਪਰ ਬਹੁਤ ਵਧੀਆ ਲੱਗਦਾ ਕਿ ਜਦੋਂ ਅਸੀਂ ਉੱਧਰਲਿਆਂ ਦੀ ਗੱਲ ਇੱਧਰ ਆ ਕੇ ਕਰਦੇ, ਇੱਧਰਲੀ ਉੱਧਰ, ਬਹੁਤ ਬਹੁਤ ਵਧੀਆ ਫੀਲ ਆ, ਕਿਉਂਕਿ ਇਹ ਜਿਹੜਾ ਮਿਊਜ਼ਿਕ ਆ ਨਾ, ਜਿਹੜੀ ਉਹ ਮੁਹੱਬਤਾਂ ਦੀ ਗੱਲ ਆ, ਜਿੱਦਾਂ ਭਾਅ ਜੀ ਦੱਸੀ, ਇੱਕ ਇਹ ਇੱਕ ਜ਼ਰੀਆ ਆ, ਮਿਊਜ਼ਿਕ ਆ, ਫਿਲਮਾਂ ਆ, ਕਲਾਕਾਰੀ ਆ, ਜਿਹੜੀ ਇਹ ਲਕੀਰਾਂ ਨੂੰ ਮਿਟਾ ਸਕਦੀ, ਲਕੀਰਾਂ ਨੂੰ ਮਿਟਾਉਣ ਦਾ ਇੱਕ ਜ਼ਰੀਆ ਆ, ਇਹ ਮੁਹੱਬਤ ਪੈਦਾ ਕਰੋ। ਉੱਧਰਲੇ ਆਰਟਿਸਟ ਵੀ ਬਹੁਤ ਇੱਧਰਲੇ ਆਰਟਿਸਟ ਦੀ ਰਿਸਪੈਕਟ ਕਰਦੇ ਸੀ, ਜ਼ਫਰੀ ਖਾਨ ਜੀ ਉਹਨਾਂ ਦੀ ਵੀਡੀਓਜ਼ ਦੇਖਦੇ ਹੁੰਦੇ ਨੇ, ਉਹਦੇ ਵਿੱਚ ਉਹ ਹਮੇਸ਼ਾ ਕਦੇ ਨਾ ਕਦੇ ਇੱਧਰਲੇ ਪੰਜਾਬ ਦੀ ਜਾਂ ਇੱਧਰਲੇ ਕਲਾਕਾਰਾਂ ਦੀ ਗੱਲ ਕਰਦੇ ਹੀ ਆ। ਉਹਨਾਂ ਦਾ ਜਿੱਦਾਂ ਉਹਨਾਂ ਦੇ ਐਕਸਪੀਰੀਅੰਸ ਰਹੇ, ਅੱਜ ਕੱਲ੍ਹ ਉਹਨਾਂ ਦੇ ਸਟੇਜ ਕਲਾਕਾਰ ਬਹੁਤ ਆਪਣੀਆਂ ਫਿਲਮਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਹੈ ਨਾ। ਉਹਨਾਂ ਦੀਆਂ ਜਦੋਂ ਇੰਟਰਵਿਊ ਸੁਣੀ ਦੀਆਂ, ਉਹ ਬਹੁਤ ਗੱਲ ਕਰਦੇ ਕਿ ਸਾਨੂੰ ਇੰਨੀ ਜ਼ਿਆਦਾ ਰਿਸਪੈਕਟ ਦਿੰਦੇ ਨੇ, ਸਾਡਾ ਖਿਆਲ ਰੱਖਦੇ ਨੇ ਹਰ ਚੀਜ਼ ਦਾ, ਇਹਦਾ ਮਤਲਬ ਵੀ ਅਸੀਂ ਆਪਣਾ ਬਹੁਤ ਵਧੀਆ ਜਿਹੜਾ ਇੰਪੈਕਟ ਆ। ਵੈਸੇ ਵੀ ਆਪਣੀ ਭਾਅ ਜੀ ਪੰਜਾਬੀ ਫਿਲਮ ਇੰਡਸਟਰੀ ਬਹੁਤ ਗਰੋਅ ਕਰ ਰਹੀ ਆ, ਮਹਾਰਾਜ ਦਾ ਲੱਖ ਲੱਖ ਸ਼ੁਕਰ ਆ। ਔਰ ਸਾਡੇ ਛੋਟੇ ਛੋਟੀ ਜਿਹੀ ਇੰਡਸਟਰੀ ਜਿਹੜੀ ਬਹੁਤ ਵੱਡੇ ਲੈਵਲ 'ਤੇ ਆ, ਪਿਛਲੇ ਦਿਨਾਂ 'ਚ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਜਿਹੜੀਆਂ ਰਿਲੀਜ਼ ਹੋਈਆਂ, ਜਿਨ੍ਹਾਂ ਦੇ ਬਜਟ ਵੀ ਵੱਡੇ ਸਨ, ਔਰ ਜਿਨ੍ਹਾਂ ਨੇ ਜਿਨ੍ਹਾਂ ਦਾ ਰੈਵਨਿਊ ਵੀ ਬਹੁਤ ਇਕੱਠਾ ਹੋਇਆ, ਵਧੀਆ ਹੋਇਆ, ਔਰ ਇਹ ਬਹੁਤ ਖੁਸ਼ੀ ਦੀ ਗੱਲ ਆ। ਅਤੇ ਜਿਹੜੀ ਪਿੰਡ ਅਮਰੀਕਾ ਦੀ ਗੱਲ ਹੈ, ਇੱਕ ਤਾਂ ਮੈਂ ਭਾਅ ਜੀ ਦੀ ਵਡਿਆਈ ਕਰੂੰਗਾ ਕਿ ਇਹਨਾਂ ਨੇ ਬਹੁਤ ਸਾਰੇ ਨਵੇਂ ਕਲਾਕਾਰਾਂ ਨੂੰ ਵੀ ਫਿਲਮ ਦੇ ਵਿੱਚ ਲਿਆਂਦਾ। ਉਹਦਾ ਕਾਰਨ ਨਵੇਂ ਕਲਾਕਾਰਾਂ ਦਾ ਲਿਆਉਣ ਦਾ ਇੱਕ ਹੋਰ ਮਕਸਦ ਆ ਇਹਨਾਂ ਦਾ, ਕਿ ਜਿਹੜੇ ਇਹਨਾਂ ਦੇ ਕਿਰਦਾਰ ਨੇ ਨਾ, ਉਹ ਮਤਲਬ ਉਸ ਤਰੀਕੇ ਦੇ ਲੱਗਣ, ਉਹਨਾਂ ਨਾਲ ਮੈਚ ਕਰਨਾ ਨਾ, ਚਾਹੇ ਉਹ ਨਵਾਂ ਹੀ ਚਿਹਰਾ ਹੋਵੇ, ਪਰ ਉਹ ਕਿਰਦਾਰ ਵਰਗਾ ਲੱਗੇ ਕਿ ਯਾਰ ਜੇ ਪਿੰਡ ਦੀ ਇੱਕ ਜਿੱਦਾਂ ਨਿੱਜਰ ਜਸਵੀਰ, ਨਿੱਜਰ ਮੇਰੀ ਜਿਹੜੀ ਵਾਈਫ ਬਣਾਈ ਆ ਫਿਲਮ ਦੇ ਵਿੱਚ ਨਾ, ਸ਼ਰਨ ਕੌਰ, ਸ਼ਿੰਦਰ ਕੌਰ, ਉਹ ਬਿਲਕੁਲ ਨੈਚੁਰਲ ਲੇਡੀ ਲੱਗਦੀ ਆ, ਜਿੱਦਾਂ ਸਾਡੇ ਪਿੰਡਾਂ ਦੇ ਵਿੱਚ ਨਾ ਚਾਚੀਆਂ, ਹੈ ਨਾ, ਭੂਆ, ਤਾਈਆਂ, ਉਹ ਲੁੱਕ, ਦੇਖ, ਬੋਲਣ ਦਾ ਤਰੀਕਾ, ਇਸ ਤਰ੍ਹਾਂ ਇਹਨਾਂ ਨੇ ਕਈ ਕਲਾਕਾਰ ਇੱਦਾਂ ਪੇਸ਼ ਕੀਤੇ ਨੇ ਤਾਂ ਕਿ ਉਹ ਦੇਖਣ ਦੇ ਵਿੱਚ ਵਧੀਆ ਲੱਗਦੇ। ਤੇ ਬਾਕੀ ਚੜ੍ਹਦੇ ਤੇ ਪੰਜਾਬ ਤੇ ਲਹਿੰਦੇ ਪੰਜਾਬ ਦਾ ਪਿਆਰ ਬਣੇ, ਇਹੀ ਰੱਬ ਅੱਗੇ ਦੁਆਵਾਂ ਨੇ ਸਾਡੀਆਂ। ਅੱਛਾ, ਜਦੋਂ ਫਿਲਮ ਨੂੰ ਲਿਖਿਆ ਜਾਂ ਬਣਾਇਆ ਗਿਆ ਤੇ ਮਨ ਵਿੱਚ ਕੋਈ ਨਾ ਕੋਈ, ਕਿਉਂਕਿ ਸਾਡੀਆਂ ਫਿਲਮਾਂ ਦੇ ਵਿੱਚ ਸਪੈਸ਼ਲੀ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤੇ ਸਾਨੂੰ ਕੋਈ ਨਾ ਕੋਈ ਸੋਸ਼ਲ ਮੈਸੇਜ ਜਾਂ ਕੋਈ ਨਾ ਕੋਈ ਸਮਾਜਿਕ ਗੱਲ ਦੇਖਣ ਨੂੰ ਮਿਲਦੀ ਆ, ਤੇ ਪਰਸਨਲੀ ਕੀ ਫੀਲ ਕਰਦੇ ਹੋ ਕਿ ਇਸ ਫਿਲਮ ਨੂੰ ਜਦੋਂ ਲੋਕ ਦੇਖਣਗੇ ਤੇ ਕਿਹੜਾ ਮੈਸੇਜ ਹੈ ਜਾਂ ਕਹਿ ਲਈਏ ਵੀ ਕਿਹੜੀ ਚੀਜ਼ ਹੈ ਜਿਹੜੀ ਆਪਣੇ ਨਾਲ ਲੈ ਕੇ ਜਾਣਗੇ ਪੋਜ਼ਿਟਿਵਲੀ? ਮੈਨੂੰ ਇਹ ਲੱਗਦਾ ਕਿ ਮੇਰੀ ਫਿਲਮ ਦੇਖਣ ਤੋਂ ਬਾਅਦ ਵਿਦੇਸ਼ਾਂ ਦੇ ਵਿੱਚ ਲੋਕਾਂ ਨੇ ਆਪਣੇ ਘਰਾਂ ਦੇ ਬੈਕਯਾਰਡ ਦੇ ਵਿੱਚ ਪਿੰਡ ਬਣਾਉਣੇ ਆ। ਮੈਨੂੰ ਇਹ ਬੜਾ ਮਹਿਸੂਸ ਹੁੰਦਾ ਕਿਉਂਕਿ ਮੈਂ ਆਪਣੇ ਘਰ ਦੇ ਵਿੱਚ ਵੀ ਉਹੀ ਜਿਹੜਾ ਸਾਡੀ ਫਿਲਮ ਦੇ ਵਿੱਚ ਸੈੱਟ ਲੱਗਾ ਸੀ। ਸਾਡੀ ਫਿਲਮ ਦੀ 15% ਸ਼ੂਟਿੰਗ ਇੱਥੋਂ ਦੀ ਸੀਗੀ ਪੰਜਾਬ ਦੀ, ਪਰ ਸਾਰਿਆਂ ਨੂੰ ਇੱਥੇ ਲਿਆਉਣਾ ਬੜਾ ਔਖਾ ਸੀਗਾ। ਸੋ ਅਸੀਂ ਉੱਥੇ ਪੰਜਾਬ ਦਾ ਸੈੱਟ ਲਗਾ ਕੇ ਨਾ, ਪਿੰਡ ਦਾ ਸੈੱਟ ਲਗਾ ਕੇ ਉੱਥੇ ਪੂਰੀ ਕੀਤੀ, ਅਤੇ ਉਸ ਤੋਂ ਬਾਅਦ ਉਹ ਸੈੱਟ ਨੂੰ ਜਦੋਂ ਅਸੀਂ ਡਿਸਟਰੋਏ ਕਰਨ ਦੀ ਬਜਾਏ ਉਹਨੂੰ ਪੁੱਟ ਕੇ ਲਿਆ ਕੇ ਮੈਂ ਆਪਣੇ ਘਰ ਦੇ ਵਿੱਚ ਪਿੱਛੇ ਲਗਾ ਲਿਆ ਨਾ, ਉਹਦੇ ਪਿੱਛੇ ਬੜਾ ਵੱਡਾ ਮਕਸਦ ਸੀ ਕਿ ਜਿਹੜੀ ਇਹ ਸਮਾਜ ਦੀ ਬਾਇਓਪਿਕ ਅਸੀਂ ਬਣਾਈ ਆ, ਸਮਾਜ ਦੇ ਵਿੱਚ ਜੋ ਕੁਛ ਵਾਪਰਦਾ ਉਹ ਫਿਲਮ ਨੂੰ ਬਣਾਇਆ, ਅਤੇ ਉਹ ਫਿਲਮ ਦੇ ਨਾਲ ਖਤਮ ਨਾ ਹੋਵੇ।
उस फिल्म नूं कंटिन्यू करन वास्ते मैं सारा सैट अपने घर विच लगाया उन्हूं हुण ओह की कहिंदे आ वैब सीरीज दे रूप दे विच फिल्म अग्गे कंटिन्यू होणी आ। अच्छा असीं ना पंजाब मैं इक इक ऐड करना चाहुंदा तुहाडा सवाल बहुत बहुत वड्डा सवाल सीगा कि इह की मैसेज देगी। एक मैसेज जो मैनू लगता जिन्ना क मैं फिल्म नू जानिया ना सानू फिल्म नहीं दिखाई इन्होंने हाले कट्ठे बह के देखा सारे कट्ठे देखांगे सारी ऑडियंस दे नाल बह के देखांगे वो फिल्म दे विच जिहड़ा एक मैसेज है ना वो फिल्म नू देखण तो बाद हर किरदार जिहड़ा घर दे विच आ जे जे मतलब एक बेटा या बेटी आ उन्हां दे माँ बाप अमेरिका जाके रह रहे ने वो एक बारी अपने आप ते झात जरूर मार लेंगे सोच चेंज होएगी सोच जरूर करेंगे यार आ दिखाया कि ते मैं ते नहीं इदा करता हां है ना वो ओदे विचो विचरनगे यार नहीं यार मैं ता रिस्पेक्ट नहीं करता मतलब मैं दसनी नहीं चाहंदा वो जरूर किते ना किते उन्हां नूं है ना वो टच जरूर करेगी टच करूगा। असी ना एक मतलब मैं कदे भी विदेश नहीं गई हैगी यार कह लिए जिन्ने भी असी नहीं गए हैगे असी ना जेड़े साडे रिश्तेदार बाहर ने उन्हां नूं मजाक जरूर करदे हुंदे वी अमेरिका ट्रेलर नू बहुत चंगा रिस्पोंस मिलिया ते गाने बड़े बाकमाल बने हुए ने ते दर्शकां नू मैं चाहांगी की कहोगे क्योंकि फिल्म आ रही है नेड़े दे सिनेमा घरां च। एक तो जी असी साड़ी यही रिक्वेस्ट आ कि साडे प्रोड्यूसर नवे प्रोड्यूसर ने भाजी की पहली फिल्म वैसे पहली फिल्म नहीं है इस लैवल की इस डिफरेंट कलर की फिल्म जिहड़ी आ पहली फिल्म लैके आए ने ते असी कहने कि भरमा हुंगारा दिओ वधिया फिल्म आ कल्चर ना बेस ते फिल्म आ एक डिफरेंट जिहड़ी शिकायत दूर कीती आ समाज की ज सिनेमे वालियां दी देखण वालियां दी कि यार इको तरह दियां फिल्मां आई जांदियां इको तरह दियां फिल्मां कोई सभ्याचारक फिल्म नहीं आउंदी है ना उस नूं भाजी होना ने सिमरन भाजी ने दूर किया सभ्याचारक फिल्म आ नवे साडे प्रोड्यूसर ने डॉक्टर हरचंद सिंह जी उन्होंने मतलब ता कि होर जिहड़े प्रोड्यूसर आना चाहते ने उन्हां नूं उत्साह मिले जदों एक फिल्म हिट हुंदी आ उहदे पिछे एक तो बहुत लोगों का रोज़गार जुड़िया है एक फिल्म के नाल बहुत ज़्यादा लोगों का रोज़गार जुड़िया है इहदा मतलब असी अपनी इकोनमी की अपने लोगों की अपने वर्करां की और हर तरीके दे नाल अपने प्रांत की देश की जिहड़ी आ ना उहदे इकोनमी दे विच हैल्प भी करते हैं और वध चढ़ के 6 तरीक नूं अक्तूबर नूं जी सिनेमे घरां च फिल्म लग जाणी आ ते साडी इही रिक्वेस्ट आ रिक्वेस्ट ही कर सकदे आ जी बाकी ऑडियंस ते डिपेंड आ फिल्म देखो और वधिया तुसीं एक्सपीरियंस घर लैके जाओ। बस जी मेरा भी यही मैसेज है कि फिल्म नूं देखो सारे क्योंकि इहदी कॉस्ट जिहड़ी आ डॉलरां विच आई आ असीं कोशिश कर रहे हैं कि रुपइयां दे विच उहनूं कवर कर सकीए सो इस करके तुहानूं उन्नी ज़्यादा जिन्ने तुसीं दर्शक ज़्यादा प्यार दोगे मुहब्बत दोगे तो चंगीआं फिल्मां बणनगीआं चंगे सिनेमे नूं सपोर्ट करन वास्ते तुसीं जरूर देखो हाँ चंगे सिनेमे नूं जरूर सपोर्ट करना चाहिए। थैंक यू सो मच इन्नी सभ्याचारक फिल्म बनाउण दे लई ते साडे लई लैके आउण लई हुण असीं वेखांगे प्रीमियर ते ते फिर वेख के भी तुहानूं रिव्यू देवांगे फिल्म दा ते लेकिन सपोर्ट जरूर करो इस फिल्म नूं क्योंकि सभ्याचारक फिल्म है जिवें इहने कहा डिफरेंट है यूनीक है ते तुहाडियां शिकायतां भी दूर हो जाणियां ने कि कुछ डिफरेंट नहीं आउंदा ते अजिहियां फिल्मां बनाई जो जिन्हां नूं ऐ लगदा वी पिंड अमेरिका नहीं पिंड कैनेडा पिंड इटली पिंड आस्ट्रेलिया होना चाहीदा सी ओह इह फिल्म नूं देखो अगे सारे पिंड बना देणे आपां ने। थैंक यू सो मच बहुत बहुत धन्यवाद तुहाडा। सो फिलहाल दे लई मैनूं यानी सिमरन हंस नूं दिओ इजाजत तुसीं जुड़े रहो देसी चैनल दे नाल धन्यवाद।